थके तो सब बैठे हुए कोई अज नहीं दुआ करनी है पहले बाबण दे हक च मोलों नूं सेहत देवन दूसरी मेरे हक च आला जबा जे तक भलवाला ले ना बोले सनियो बड़सा आला जबा अच्छा जी मैं लगता पढ़ मल्ला में युवा लिया बड़ी मेहरबानी जी इजाजत है तर्जमा कर छोड़ा इंज ना करे साझे तक फ्रंट वाले ने बुले सन खड़ा रस इवें तो बस इवें सही रसैड वाले बुले सो तो तर्जमा करे सा तर्जमा कर छोड़ा सैड रल गई है फ्रंट नाले हूँ देखा अद आले जागो जी फरमा तर्जमा कर छोड़ा जरा पिछले गौर करे तर्जमा कर छोड़ा हूँ सारे जरा कट्ठे यक जमा थी के बोलो सारा कुल पिया पुछदा सारा की इजाजत थे तर्जमा कर छोड़ा कसमन बेबकदा मैं को मक्का दी इज्जत दी कसम ए मैं नहीं पियादा अहले सुन्नत दे इमाम शाफी पियादन कसमन बेबकदा देखना मेरे पासे मैं को मक्का दी इज्जत दी कसम
ਵਲ ਹਦੀਮ ਜਿਹੜੀ ਕਾਬਾ ਦੇ ਨਾਲ ਮੁੜੀ ਹੋਈ ਦੀਵਾਰ ਹੈ, ਮੈਂ ਉਸਦੀ ਕਸਮ ਬੜੀ ਮਿਹਰਬਾਨੀ ਬੋਲਾ ਨਮਾਜ਼ੀ, ਬੋਲਾ ਚੰਗਾ ਬੜਾ ਆਪਣੇ ਯਾਰ ਆ ਲਿਆ, ਬੋਲਾ ਚੰਗਾ ਬੜਾਵੇ, ਬੋਲਾ ਨੇਕ ਬੜਾਵੇ। ਇਜਾਜ਼ਤ ਹੈ, ਇਤਨਾ ਮੇਰਾ ਵਕਤ ਹੈ, ਉਸਦੇ ਵਿੱਚ ਆਪਣੀ ਮਜਲਿਸ ਮੁਕੰਮਲ ਪੜਸਾਂ। ਰਿਸਾਲਾ ਦੇ ਮਾਪ ਮੈਂਬਰ 'ਤੇ ਬੈਠੇ ਨੇ, ਇਹ ਤੁਹਾਡੇ ਮਿਜ਼ਾਜਾਂ ਕੋ ਦੇਖ ਕੇ ਪਹਿਲੇ ਬੰਦੇ ਕੋਲ ਜਾ ਕੇ ਆਖਰੀ ਬੰਦੇ ਤੱਕ ਇਤਨਾ ਪਿਆੜਾ ਜੋ ਸੁਣਦੇ ਪਏ ਹੋ, ਵਤ ਮੈਂ ਜੁਮਲੇ ਕੋਈ ਕਿਉਂ ਨਾ ਆਖਾਂ ਵੀ ਮਿੰਬਰ 'ਤੇ ਉਹ ਹਸਤੀ ਬੈਠੀ ਹੈ ਜਿਹਦੇ ਬਾਹਾਂ ਨਾਲ ਮਿੰਬਰ ਸੋਹਣਾ ਲੱਗਦਾ ਹੈ, ਜਿਹਦੇ ਬਾਹਾਂ ਨਾਲ ਬੜੀ ਮਿਹਰਬਾਨੀ ਜੀ ਮਿੰਬਰ ਸੋਹਣਾ ਲੱਗਦਾ ਹੈ। ਅਗੂ ਬੈਠੇ ਨੇ ਸਾਹਾਬਾ, ਉਹ ਸਾਹਮਣੇ ਹੈ ਗੇਟ, ਗੇਟ ਦੇ ਬਾਹਰੋਂ ਇੱਕ ਬੰਦਾ ਇੱਕ ਨਾਕਾ ਤੋਂ, ਇੱਕ ਡਾਚੀ ਤੋਂ, ਇੱਕ ਉੱਠਣੀ ਤੋਂ, ਕੈਮਲ ਤੋਂ, ਉੱਠਣੀ ਡਾਚੀ ਸਮਝਦੇ ਤਾਂ ਹੋ ਨਾ, ਹੁਣ ਇਹ ਗੱਲ ਦਾ ਮੈਂ ਕੋਈ ਜਵਾਬ ਦਿਓ, ਜੇ ਤੁਸੀਂ ਸਾਰੇ ਚੁੱਪ ਕਰਕੇ ਬਹੋ ਤਾਂ ਹੀ ਬੰਦਾ ਡਾਚੀ ਤੋਂ ਲੱਥਾ ਹੈ, ਜੇ ਤੁਸੀਂ ਸਾਰੇ ਬੋਲੋ ਤਾਂ ਹੀ ਬੰਦਾ ਡਾਚੀ ਤੋਂ ਲੱਥਾ ਹੈ। ਇਸ ਤਰੀਕੇ ਨਾਲ ਜੇ ਆਪਣਾ ਚਿਹਰਾ ਛੁਪਾਇਆ ਹੋਏ, ਲੁਕਾਇਆ ਹੋਏ, ਅਗੂ ਬੈਠਣ ਸਾਹਿਬ ਆ ਦੇਖ ਕੇ ਮਨਫੀ ਕੁਮ ਨਬੀ ਹੁਕਮ, ਤੁਹਾਡੇ ਵਿੱਚੋਂ ਅੱਲਾਹ ਦਾ ਨਬੀ ਕਿਹੜਾ ਹੈ? ਸਾਰੇ ਸਾਹਿਬਾਂ ਨੇ ਇਸ਼ਾਰਾ ਕਰਕੇ ਆਦੇ ਨਮਾ ਤਨਜ਼ਰੋ ਕਾ ਸ਼ਮਸੇ ਤਾਲੇ ਕਿਹਾ ਤੇ ਕੋਈ ਸੂਰਜ ਵਾਂਗੂ ਚਮਕਦਾ ਹੋਇਆ ਚਿਹਰਾ ਨਜ਼ਰ ਨਹੀਂ ਵੀ ਆਉਂਦਾ। ਜ਼ਰਾ ਪਿਛਲੇ ਗੌਰ ਕਰਿਆ ਜੀ, ਜ਼ਰਾ ਪਿਛਲੇ ਜਗ੍ਹਾ ਤੇ ਕੋਈ ਸੂਰਜ ਵਾਂਗੂ ਚਮਕਦਾ ਹੋਇਆ ਚਿਹਰਾ ਨਜ਼ਰ ਨਹੀਂ ਵੀ ਆਉਂਦਾ। ਇਹ ਬੰਦਾ ਰਿਸਾਲਤ ਮਾਪ ਦੇ ਕਰੀਬ ਆਏ, ਦੂਏ ਹੱਥ ਨਾ ਲੈਣ ਤੇ ਰੱਖੇ, ਪਾਕ ਨਾ ਲੈਣ ਚੁੰਮੀਏ, ਦੇਖਿਆ ਤੇ ਯਾਰ ਰਸੂਲ ਅੱਲਾ ਮੇਰਾ ਸਲਾਮ, ਹੁਣ ਮੈਂ ਦੇਖ ਸਾਂ ਕਿਹੜੇ ਕਿਹੜੇ ਬੰਦੇ ਦੇ ਜ਼ਿਹਨ ਤਵੱਜੋ ਮੇਰੇ ਵਾਲੇ ਪਾਸੇ। ਰਸਾਲਤ ਦੇ ਮਾਪ ਦੇਖ ਕੇ ਆਦੇ ਨਬੂ ਸਮਸਾਮ, ਮੈਂ ਮੁਹੰਮਦ ਅਵੀ ਤੇਰੇ ਤੇ ਸਲਾਮ। ਜ਼ਰਾ ਪਿਛਲੇ ਗੌਰ ਕਰਿਆ, ਜ਼ਰਾ ਪਿਛਲੇ ਜਾ ਗਿਆ ਜੀ, ਮੈਂ ਮੁਹੰਮਦ ਅਵੀ ਤੇਰੇ ਤੇ ਸਲਾਮ। ਦੇਖਿਆ ਤੇ ਯਾਰ ਰਸੂਲ ਅੱਲਾ, ਅਸਲਨ ਮੈਂ ਯਹੂਦੀ ਹਾਂ, ਮੈਂ ਜਾਂ ਜੋ ਸ਼ਰਮ, ਮੈਂ ਅਲਹਮਦੁਲਿਲਾ ਮੈਂ ਬੜੇ ਸਿਆਣੇ ਮਜਮੇ 'ਚ ਪਿਆ ਪੜ੍ਹਦਾ, ਅਗਰ ਤੁਸੀਂ ਜੀ ਇਸ਼ਾਰੇ ਦੀ ਕਦਰ ਨਾ ਕਰੋ ਤਾਂ ਖੁਦਾ ਗਵਾਏ ਮੁਲਕ ਜੈਸੀ ਕੋਈ ਜਗ੍ਹਾ ਹੀ ਨਹੀਂ ਜਿਹੜੇ ਇਸ਼ਾਰੇ ਕੋ ਸਮਝ ਵਜੇ ਉਸਦੀ ਕਦਰ ਕਰੇ। ਮੈਂ ਅਸਲਾਂ ਯਹੂਦੀ ਹਾਂ, ਮੀ ਆਪਣੇ ਕਬੀਲੇ ਦਾ ਸਰਦਾਰ ਹਾਂ, ਮੀ ਇਹੋ ਇਸ਼ਾਰਾ ਜਿਹੜਾ ਮੈਂ ਕਰਨਾ, ਲੇਕਿਨ ਯਾਰ ਰਸੂਲ ਅੱਲਾ ਮੈਂ ਤੁਹਾਕੂ ਹੱਕ ਮੰਨ ਲਿਆ, ਮੈਂ ਉਹ ਕੁ ਸੱਚ ਮੰਨ ਲਿਆ। ਮੈਂ ਤੁਹਾਕੂ ਹੱਕ ਮੰਨ ਲਿਆ, ਮੈਂ ਉਹ ਕੁ ਸੱਚ ਮੰਨ ਲਿਆ, ਮੈਂ ਤੁਹਾਡੇ ਫਰਮਾਨ ਪੜ੍ਹ ਕੇ ਦੇਣ, ਯਾਰ ਰਸੂਲ ਅੱਲਾ ਅਗਰ ਮੈਂ ਆਪਣੇ ਕਬੀਲੇ ਦੇ ਹਜ਼ਾਰ ਬੰਦੇ ਨੂੰ ਕਲਮਾ ਪੜ੍ਹਾਵਾਂ, ਮੈਂ ਕੋ ਕਹਿੰਦੇ ਸੋ ਰਸੂਲ ਦੀ ਆਵਾਜ਼ ਆਉਂਦੀ ਹੈ ਲਕਲ ਜੰਨਾ, ਮੈਂ ਤੇ ਕੋ ਜੰਨਤ ਦੇ ਸਾਂ। ਇਸ ਤਰੀਕੇ ਨਾਲ ਹੱਥ ਦਾ ਇਸ਼ਾਰਾ ਕਰਕੇ ਆ ਦੇ, ਉਹ ਤਾਂ ਮੈਂ ਗਿੱਧੀ ਖਾਣਾ। ਉਹ ਤਾਂ ਮੈਂ ਬੜੀ ਮਿਹਰਬਾਨੀ ਗਿੱਧੀ ਖਾਣਾ, ਰਸੂਲ ਦੀ ਆਵਾਜ਼ ਆਉਂਦੀ ਉਹ ਕਿਵੇਂ? ਦੇਖਿਆ ਤੇ ਜਿਸ ਵੇਲੇ ਦਾ ਕਲਮਾ ਪੜ੍ਹ ਲਿਆ ਜੰਨਤ ਤਾਂ ਮੇਰੇ ਤੇ ਵਾਜਿਬ ਹੈ। ਇਸ ਦੁਨੀਆ 'ਤੇ ਕਿਹਦੇ ਸੋ ਰਸੂਲ ਦੀ ਆਵਾਜ਼ ਆਉਂਦੀ ਹੈ ਲਾਕਾ ਸਭ ਉਹਨਾਂ ਨਾਕਾ, ਮੈਂ ਤੇ ਕੋ 70 ਨਾਕਾ ਦੇ ਸਾਂ, 70 ਡਾਚੀ ਦੇ ਸਾਂ। ਆਮ ਨਾਕਾ ਡਾਚੀਆਂ ਨਾ ਹੋਸੈਨ, ਪੇਟ ਸਫੈਦ ਹੋ ਸੀ, ਪੁਸ਼ਤ ਸੁਰਖ ਹੋ ਸੀ, ਦੋ ਕੁਹਾਟਾਂ ਵਾਲੀਆਂ ਲੰਬੀਆਂ ਗਰਦਨਾਂ, ਅਹੂ ਚਸ਼ਮਾ ਹਰਨ ਦੀਆਂ ਅੱਖਾਂ ਵਾਲੀਆਂ ਹੋਸੈਨ। ਅਤੇ ਮਤਾਂ ਤੇਰੇ ਜ਼ਿਹਨ 'ਚ ਕੋਈ ਖਿਆਲ ਆਵੇ, ਜ਼ਰਾ ਪਿਛਲੇ ਗੌਰ ਕਰੇ ਇਸ ਜੁਮਲੇ ਦੀ ਕੀਮਤ, ਜਿਹੜੇ ਪਿੱਛੋਂ ਬੈਠੇ ਹੋਏ ਹਜ਼ਰਾਤ ਇੰਜ ਇੰਜ ਕਰੇ, ਮੈਂ ਉਹਨਾਂ ਕੋਲ ਗਿਣਸਾਂ। ਅਤੇ ਮਤਾਂ ਤੇਰੇ ਜ਼ਿਹਨ 'ਚ ਕੋਈ ਖਿਆਲ ਆਵੇ, ਮੈਂ ਰਸੂਲ ਵਾਦੇ ਨਾਲ ਵੀ ਯਾਦ ਆ, ਆਮ ਨਾਕਾ ਡਾਚੀਆਂ ਨੋ ਹੁਸੈਨ, ਉਹਨਾਂ 'ਤੇ ਸੋਨਾ ਚਾਂਦੀ ਹੀਰੇ ਜਵਾਹਰਾਤ ਲੱਦੇ ਹੋਏ ਹੁਸੈਨ। ਬੜੀ ਮਿਹਰਬਾਨੀ ਜੀ, ਮੌਲਾ ਚੰਗਾ ਬੜਾਵੇ। ਅੱਛਾ ਰਿਸਾਲਾ ਦੇ ਮਾਪ, ਇਤਨਾ ਕਾਫੀ ਹੈ, ਇਤਨਾ ਮੇਰੇ 'ਤੇ ਬੋਲੇਂਦੇ ਤਾਂ ਉਹ ਜੀ, ਜ਼ਰਾ ਇਤਨਾ ਮੇਰੇ 'ਤੇ ਕਾਫੀ ਹੈ, ਬਸ ਮੈਂ ਕੋਈ ਤਹਿਰੀਰ ਲਿਖ ਕੇ ਦਿਓ ਚਾ, ਮੈਂ ਵਾਤ ਆਵਾਂ, ਮੇਰੀ ਅਮਾਨਤ ਤਿਆਰ ਹੋਵੇ, ਰੈਡੀ ਹੋਵੇ। ਅੱਛਾ ਜੀ, ਤਹਿਰੀਰ ਲਿਖੀ ਗਈ, ਅਬੂ ਸਮਸਾਮ ਦੇ ਹੱਥਾਂ 'ਤੇ ਆਈ, ਜਿੱਠਾ ਵੀ ਹਾਂ ਬਈ ਤਹਿਰੀਰ ਲਿਖੀ ਗਈ ਹੈ,
اتے ڈٹھو سے رسالت ماں باپ دے دستخط ہیں کہ تھی پیارا جی اشارہ پیا کرے نا اتے غور نہ ڈٹھو سے بھی مہر نبوت لگی رہی ہے بڑے باٹے اندر کو سمجھ آئی ہے جی مہر نبوت لگی ہوئی ہے ای میں دو قدم چاہیس ترے ای میں واپس آئی اتھائی میں جملہ پیا تھا پہلا تے دیکھ ساں کڑے کڑے بندے دا ذہن میرے والے پاسے حاضر ہے ای میں پچھاٹے دیکھا تو یا رسول اللہ ایک مسئلہ ایک سوال ہے کیڑا مسئلہ ہے اگر میں مر ونجا وت رستے تے آندا پیا ہوا سو وعدہ گھٹ ہے مر ونجا وت رسول دی آواز میں جیڑا بندہ ہے تحریر میرے تک لے کے آسی میں محمد وعدے نال پیا دا تیری امان میں اس نو دے دے سی بڑی مہربانی بڑی مہربانی یا رسول اللہ او گل تو ٹھیک ہے اگر تساں برکا وٹا ونجو تو وت واتی تو میں رول گئی ہوں میں کی کرے سا رسول دی آواز دیر لگا میں جڑا اتھا بیٹھا ہو سی اگر وہ فرد ہو سی تو دیکھ ضرور دے دے سی ابو سمسام چلا گیا یارہ ہجری بس مختصر کراں میرے لباس لکھا ہے یارہ ہجری اٹھاوی سفر تو بعد آیا او میں ناکہ تو تلے لتھا داچی تو تلے لتھا چہرہ چھپایا ہویا اگو بیٹھن صحابی دیکھ کے آدھے این این محمد محمد کتھے سارے صحابہ رومن لگ گئے رسالت امام تو دنیا تو برکہ بٹا کے کچھ دیر آپ بھی رونا اس طریقے نال تحریر کٹو دیکھا دے ہاں بھائی میری امان ہو سی میں تو اپنے مشن کامیاب ہو گیا میری امان ہو سی سارے صاحب میں غور نہ لٹھی تحریر تے دیکھا کہ ابو سمسام تو بھی سچے مہر نبوت بھی سچی ہے رسالت سے ماپ دے دستخط بھی سچے ہیں اساں بھیڑے کے کرو اساں پورے عرب جدید ماری ہے یو جیاں ڈاچیاں تا نظر کتا ہی نہیں آیا واہ 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 کیا بات ہے یو جیاں ناکا ڈاچیاں سن نظر بولیں دے آسو جی سانو نظر کتا ہی نہیں آئیاں رسول چلے گئے تو بھی چلا مانجا ابو سمسام سر نیما کر کے سر جھکا کے ٹرنا شروع کر دیتا ہے بیاز تھی کے نراز تھی کے دروازے والے پاس سے ٹرنا شروع کر دیتا ہے اور میں دیکھ سا میری پہلے بندے تو جا کے آخری بندے تک نہیں گائے ہوں میں دیکھ سا کہڑے کہڑے بندے دے دل وچ اہل بیت وسدی ہے سر نیما کر کے جو ٹرے چند قدم دروازہ دور آئی میں تئیں آدر آنا تو سجے پاسوں اوندی آواز آئی ہے جے کو بطول چاچا سڑے دی آئی بڑی مہربانی یا کو بتول چاچا سرے دی آئی حضرت سلمان جلدی نہ لین دیکھ کے ابو سمسام اتنے جلدی ناراض نہ تھی اتنے جلدی بیاس نہ تھی آ میں تے کوئی دروازہ دکھاواں عرش دی شے منگ سے عرش دی جیسے فرش دی منگ سے فرش دی جیسے تاری سمجھ دی کیا بات ہے بھائی تاری سمجھ دی کیا بات ہے واہ 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 کیا بات ہے جی گھن آیا تطہیر والے دروازے تے یہ بات ایک پارے بیزاجوں کو دیکھ کے اتنا پیارا جو سنتے پے ہو میں بھی اپنے محنت وداواں ایک پیارا جہاں جملہ تو کو آکھاں اس دروازے تے ابو سمسام کو گھن آئے جتھا ملیک انتظار کریں دے ان بطول پکاوے تے اسارش تے لے جا سلمان دکل باپ کی تھی دکل باپ کرن دی دے رہی جو اندروں آواز آئی سلمان ابو سمسام اتھائی رکو میں ہونے آندھا پیا میں ہنے تاری سمجھ دی کیا بات ہے زندگی دراز ہوئی جی میں ہنے آندا پیا ہن میرے دیکھ سو جی تا سمجھ آسی جملے دی ابو سمسام اس طریقے نال کمبے دیکھ کیا تے کیسا جوان ہے اے کون ہے تے دکل باپ کیتے او اندر حواز دتی ہے اوتھے نو رک ونجو میں آندا پیا سلیمان مسکرا کے آدے کعبے دا گوہر ہے بلیندا نا بتول دا شوہر ہے محمد نویر جبریل دا استاد ہے نا ہے علی ابن ابی طالب اے میں کوئی گال خدا دینا تے دسو بھئی اے بھلوال اچھ نارے راون در رواج ہے کو نا یا میں دیتے خصوصی کرم نوازی پہ کریں دے مولا بہر ہے سلمان کو ملے میں رو لکھا جی ابو سمسام بس مختصر ختم بیا کریں نا ابو سمسام گوہان اللہ یا ابو سمسام اپنے مشن اچھ کامیاب ہو گئی ہیں الحمدللہ مولا اپنے قبیلے دے ہزار بندے نو میں کلمہ پڑھا کے دے وات علی دی آواز دے رسا تیری امان ستر داچیاں علی ستر ناکا علی میں علی ہڑے دے ماں یا کل لکھا دے سامنے دے ماں بڑے گھٹ بندہ کو سمجھ آئیے جڑا بندہ زبان رکھے دے ضرور بولے اے رورا نعرہ مار جنت واجب ہو جائے نعرہ حیدری میں ہڑے دے ماں یا کل لکھاں دے سامنے دے مولا جڑے نے دل کرے بھائی تنا پتہ لگ گئی ہے بھی دے منا تسیں سلمان جی مولا وانج مدینے دے شہر لگا وانج
ऐलान करवा दे जै जै मुहम्मद मुस्तफा अरबी दा कर्जा देखना होवे उंदा फेरा अली लहसी मदीने दे बाहर ग्राउंड इकट्ठे थी वैसे जरा पिछले हजरात जगह जी इतना सही इशारा करा मिसाल देव अगर इसे मकाम ते ऐलान थी वे देखना मेरे अले पास जी भी घंटे बाद वजीर आजम भी आंदे रश होसी या कोई ना इन ना पुलिस होता रश होसी या कोई ना होसी जिथा वजीर आजम का ऐलान होवे उथा रश हो सकता है जिथा अमीर कायनात का ऐलान होवे जुमे की नमाज तो बाद हजरत मुस्तफा दा अमामा सर ते आखिरी जुमला हजरत मूसा दा सा खबे हाथ सजे हाथ जो हसन अमीर ने बाबे दा हाथ पकड़ा है पुश्त कंड आले पासो अबू समसाम टुरदांद है इवें चंद कदम जाके अली मुर्शदी पिछा मुंह करके आते अबू समसाम तेरी अमान मैं अली देवा या मैदा पुत्र हसन देवे बड़ी मेहरबानी मैं देवा मैं देवा देखना मेरे पास है मेरा पुत्र हसन दे मौला जैंदा दिल करे हसन जी बाबा असा पकड़ चढ़वा टिब्बे ते अबू समसाम तू भी नाल वन अमीर पिउदा अमीर पुत्र चढ़ गया टिब्बे ते अबू समसाम नाले असा मारा रेत ते एक रस्सी जाहिर थी एक रस्सी जाहिर थी हसन अमीर की आवाज अबू समसाम इत इंसान की फितरत है अगर मैं कोई आख रहे ना फला शह पकड़ गई लेकिन पिछा ना देखे मैं वह शह इस तरीके नाल काबू जरूर करे सा लेकिन वाती पिछा मुँह करके जरूर आख सके पया दे आवे इंसान की फितरत है हसन अमीर की आवाज नहीं अबू समसाम ये रस्सी पकड़ के टुरना शुरू कर दे लेकिन पिछा ना देखे अबू समसाम आते बिस्मिल्लाह करना अबू समसाम आते हुक्म इमाम आई मैं रस्सी काबू की मैं टुरना शुरू किया मैं पहला कदम जचाया मेरे कन्ने ते कोई घंटी की आवाज आई है जेडे बंदा समझ आती वो बोलो जिन्हें को नहीं आती मैं समझा देना नाका डाची दी गर्दन नाल घंटी होंदी है डाची कदम जांदी आवाज सारे कन्ना तक आंदी है अबू समसाम आता मैं दहवा कदम चाहे आवाज आंदी रही है मैं वी कदम चाहे आवाज आंदी रही है मैं पंजा कदम चाहे आवाज आंदी रही है आखिर मैं सत्तर कदम चाहे मेरे सबर दे बंद टूट गए मैं पिछा मुँह जो कीता है आखिरी नाका निकल दी बदी आई मेरे देखे मत मेरे देखे जेड़ा बंदा साखने ते नोट की दा जुमला पचावे मैं मंदा ही ना उस वेले हसन अमीर आए नबू समसाम दे हाथी हाथ रख गया ते नबू समसाम कोर न देखिन जगह जी जेड़े सत्तर नाका सत्तर दाची जिन्हें ते सोना चांदी हीरे जवाहरात लदे हुए हैं ए है मेरे नाने मोहम्मद दा कर्ज जो तू कयामत तक पिछा न देदा मैं हसन दी अता है फर कराई आवड़ा हजार बिस्मिल्लाह करा हजार बिस्मिल्लाह करा बड़ी मेहरबानी बाबा बड़ी मेहरबानी बस सही पहला जुमला मसाइल हजरत इब्राहिम अलैहिस्सलाम को अल्लाह पुत्र दिता जंदना उन्हें हजरत इसहाक रखा बाबे दा बड़ा प्यारा पुत्र नाल हर वेले सीने ते समावे ना एक दफा इवें जनाब इसहाक सीने ते सुते हुए जनाब इब्राहिम की अख लग गई निंद रही है आलम खाबिज केरी ठने एक हज़ार सितारे इब्राहिम दा तवाफ ते सजदे वदा करे अख खुली ने जबरील को सदन ने लिखा देने जबरील लिखे मेरे पास है इस ख्वाब दी ताबीर दसा एक हज़ार सितारे मेरा तवाफ मैं को सजदे वदा करें दे जबरील लेके आते खुश नसीब है अल्लाह प्यार जरा तेरा इसहाक पुत्र है ना इन्हें बिचो मैं एक हज़ार नबी भेजे सामें तजब दंगल मूँच पा के आदन है जबरील ते मेरा इस्माइल जबरील लेके आद खुश नसीब है अल्लाह प्यार है इन्हें बिचो मैं सही उस लंबी आ भेजे सामें हजरत इसहाक को चाके बिस्तर ते लिटाया ने उथ सजदे सर रखा ने शुक्र वास्ते
ते सजदे मर दिखे मातमी में सजदे दुआ पे मंगदे न खुदाया तेरे लक्ष्य करे तेरे लख एहसान है मैं को इतने पुत्र दिते नहीं खुदाया मेरी एक दुआ है मैं को एक धी भी दे के बाद अज मरक बार मन ओ गिरिया को ना येरे मेरे मर वंजण तो बाद मेरे मैया ते वैण करके रोवे हजार बिस्मिल्लाह करा हाय जरूर करे बाबा सारे खालिक दी आवाज आंदी है दुआ तेरी मुस्तजाबे लेकिन मैं धी तै को न देसा जरा तेरा आखिरी पुत्र आसी ना जिसका नाम मुस्तफा है मैं धी उस देसा ऊंदे टुर वंजण तो बाद मुसलमान उस रोव न देसे हाय कर छोड़ो बाबा ये ना बाबा हाय कर छोड़ो हाय कर छोड़े हजार बिस्मिल्लाह करा ऊंदे टुर वंजण बिस्मिल्लाह करा ऊंदे टुर वंजण तो बाद मुसलमान उस रोव न देसे सही अरब दा दस्तूरा इो जुमला है तेरे मातम सुबह जुमला मेरे कोई नहीं अरब दा दस्तूरा जड़े वेले किसी बच्ची की शादी हो गया ना त्रै दिहाड़े उसका खाना घरों मां घिन के वेंदी है सही अदा की डोली जो उठिए हूँ जरा बंद शीए तो सीना प्यार न करे सही सही अदा की डोली जो उठिए अगला डी जो चढ़े गवाए उमे अमन आदि में बहर निकली हैं रसूल कंध दौला घिन के रोंदे खड़े कंध दौला घिन के हाय तो कर छोड़ो रोंदे खड़े थे मैं आख्या कनीज मार वे रोंदे क्यों खड़े वे उस वेले रो रो के प्यादन मैं कुजहरा आधा खाना जा दे मैं आप उन्हें घर वेंदा मत आखे मेरी माँ कोई नहीं मेरा खाना कोई नहीं घिनाया आज मेरी माँ हो गया मैं यतीम जो हाँ हजार बिस्मिल्लाह करा बाबा 75 नहीं या 90 नहीं जींदी रही है बाबे तो बगैर सजी हाथ नाल तस्बी नहीं पढ़ सकती तुम्हारी समय की क्या बात है हाय कर छोड़ बाबा सजी हाथ नाल तस्बी नहीं पढ़ सकती सन महाराज आली मैं थक पई हाँ मेरी चंद वसीयत सुन गिनो मेरी बाबे दो तैयारी है पहली वसीयत आली मेरे जनाजे चो ना मैं जिन्हें मैं सब के सामने तकलीफ दीती है हाय कर छोड़ो जिंदगी दराज वे हाय तो कर छोड़ो अगली वसीयत आली हर शबे जुमा मेरिया धियां ते मेरे पुत्रा को मेरी कब्र ते घिना सो हसन अमीर है उनकी मर्जी जिन्हों बावे मेरिया धियां की मर्जी जिन्हों बावे इो जुमला है तेरे मातम दा तोने जो सुता पी आवे ना हुसैन को मेरी कब्र ते चाही आवे मेरी कब्र दे सजे पासू हाथ रख के अम्मा आखसीना मैं को जख्म दा आराम आवे मैं को जख्म दा आराम आवे सी अगली वसीयत आली मेरे टुर वंजण तो बाद कलाबिया खानदान जो शादी करे मेरी हमनाम मस्तूर हो सी अल्लाह तक उन्दे जो औलाद दे सी एक पुत्र दा नाम है अब्बास रखी वेंदियां या अली उन्दे चोले में तदा सीन रही हां जदा मैं सजे हाथ नाल तस्बीह नामी पढ़ सकदी या अली जदा इस दुनिया ते आवे ना उन्दे बाजुआं ते बोसा दे के आखे अम्मा सैयदा पिया दी आवे अज तो बाद मेरी धीयां दे बुरके दा जामिन तू है आए कर छोड़ो तुहाडा कोई पत्थर दा दिल तां नहीं अल्लाह जाने चंद बंदे केड़े ख्याल सुनदे बैठे अगली वसीयत आली मेरा जनाजा ताबूत च रखा वे अगली वसीयत आली गुसल दे दौरान पर्दे दे करीब आवे इवें आखिरी वसीयत उन शिया है हांज तेरे सारे वास च नहीं लेकिन हाय इतनी उच्ची करे जेड़ी परदे च आई बैठी है गवाह बढ़ के उठी वे आखिरी वसीयत इवें तकिए तू सर जाके आ दिए या अली मेरी कब्र ते पहरा देवे हजार बिस्मिल्लाह करा तारी रवन दी क्या बात या अली मेरी कब्र ते पहरा देवे अली रोंदे हुजरे चले गए सर मारा ने हसरैन वंजो नाने दी कब्र ते अम्मा बीमार है दुआ मंगा पुत्र टुरेन फिजा भेण जी जरा मेरे पुत्र आसन ना इो जुमले तुम्हारे मातम दा मैं इस दुनिया ते कोई नोस हाँ पहले उन्होंने खाना देवे वत मेरी मौत दी इतला देवे दुए शहजादे नाने दी कब्र ते आए हसन अमीर नाने दी मजार ते हाथ रखे गरीबे करबला नाने दी मजार को हां लाए अखा बस पैन हुसैन दी आवाज भैया दे नाना अम्मा बीमार
ਆਤਮਿਆਂ ਪਹਿਲਾ ਵੈਣ ਕਰ ਗਿਆ ਦੇ ਨਾਂ ਮੈਂ ਹੁਸੈਨ ਕੋਈ ਨੀ ਆਇਆ ਜਵਾਬ ਦੂਜਾ ਵੈਣ ਨਾ ਮੈਂ ਉਹ ਹੁਸੈਨ ਜਿਹਦੀ ਵਜ੍ਹਾ ਨਾਲ ਸਜਦਾ ਵਧਾਇਆ ਹਾਵੀ ਹਜ਼ਾਰ ਬਿਸਮਿਲ੍ਲਾ ਕਰਾਂ ਅੱਜ ਸਾਡੇ ਤੁਹਾਡੇ ਵੱਸ ਚ ਨਹੀਂ ਹੁਣ ਜਿਹੜਾ ਬੰਦਾ ਸ਼ੀਆ ਹੈ ਹਾਏ ਇਤਨੀ ਉੱਚੀ ਕਰੇ ਸੀ ਜਿਹੜੀ ਪਰਦੇ ਜਾਈ ਬੈਠੀ ਹੈ ਗਵਾਹ ਬਣ ਕੇ ਉੱਠੀ ਵੇ ਤ੍ਰੀਜਾ ਵੈਣ ਰੋ ਰੋ ਕੇ ਵੀ ਯਾਦ ਆਇਆ ਮੈਂ ਦਾ ਸੋਹਣਾ ਨਾਨਾ ਮੈਂ ਉਹ ਹੁਸੈਨ ਜੈਨੂੰ ਈਦਲ ਨੀ ਮੁੰਡਿਆ ਤੇ ਜੈਦਾ ਕੋਈ ਨੀ ਆਇਆ ਜਾਪ ਜ਼ਿੰਦਗੀ ਦਰਾਜ਼ ਹੋਵੇ ਬੱਚਾ ਛੋਟਾ ਹੋਵੇ ਕਮਰਾਨ ਜਿਵੇਂ ਤਕਲੀਫ ਸਦਾ ਹੋਵੇ ਜਿਹੜੇ ਵੇਲੇ ਬਜ਼ੁਰਗਾਂ ਨੂੰ ਦੇਖ ਸੀ ਵੱਖਰਾ ਲੈ ਵੈਸੀ ਆਪਣੀ ਬਾਈ ਉਹਨਾਂ ਦੇ ਗੱਲ ਜਬੈ ਸੀ ਰੋਸੀ ਵੀ ਸਹੀ ਤੇ ਇੱਕ ਇੱਕ ਜ਼ੁਲਮ ਦਾ ਹਾਲ ਲੈ ਸੀ ਚੌਥਾ ਵੈਣ ਨਾ ਨਵਾਂ ਤੈਨੂੰ ਨਵੇਂ ਨਹੀਂ ਹੋ ਗਏ ਨਾ ਮੇਰੀ ਮਾਂ ਸਜੇ ਹੱਥ ਨਾਲ ਤਸਵੀ ਨਹੀਂ ਪੜ ਸਕਦੀ ਉਹ ਮੇਰੀ ਮਾਂ ਦੇ ਦਰਵਾਜ਼ਾ ਗਿਰਾਇਆ ਨੇ ਹਜ਼ਾਰ ਬਿਸਮਿਲ੍ਲਾ ਕਰਾਂ ਮੇਰੀ ਉਮੀਦ ਤੋਂ ਜ਼ਿਆਦਾ ਰੋ ਬੈਠੇ ਲੈ ਜਾਣੇ ਚੰਦ ਬੰਦੇ ਕਿਹੜੇ ਖਿਆਲ ਸੁਣਦੇ ਬੈਠੇ ਕੋਈ ਨਹੀਂ ਆਇਆ ਜਵਾਬ ਹੁਣ ਹੱਥ ਜਾਏ ਸੰਨਾਨੇ ਦੀ ਕਬਰ ਤੇ ਗਰੀਬ ਮੱਥਾ ਟੇਕ ਪੰਜਵਾਂ ਵੈਣ ਰੋ ਰੋ ਕੇ ਵੀ ਯਾਦ ਆਇਆ ਮੈਂ ਨਾ ਸੋਹਣਾ ਨਾਨਾ ਉਹ ਨਬੀਆਂ ਦਾ ਸੁਲਤਾਨ ਨਾਨਾ ਬੋਲੇ ਦਾ ਜੋ ਨਹੀਂ ਮੈਂ ਕੋਈ ਪੂਰੀ ਜ਼ਿੰਦਗੀ ਥਾਈ ਰਾਉਣਾ ਮੈਂ ਤਾਂ ਹਜ਼ਾਰ ਬਿਸਮਿਲ੍ਲਾ ਕਰਾਂ ਕਬਰ ਫਟ ਗਈ ਹੈ ਕਮਰ ਤੱਕ ਨਬੀ ਬਹਿਰਾ ਦੁਹਾਂ ਨਵਾਸਾ ਨਹਾਨ ਲਾ ਕੇ ਵੀ ਯਾਦ ਘਰ ਵੱਲ ਵੰਜੋ ਮਾਂ ਮਰ ਗਈ ਹੈ ਓ ਮੇਰੇ ਬਜੜੇ ਮਾਂ ਸਲਾਮ ਰੇ ਦਿਆ ਵੇ ਹਜ਼ਾਰ ਬਿਸਮਿਲ੍ਲਾ ਕਰਾਂ ਤੁਹਾਡੀ ਮੁਹੱਬਤ ਕੋ ਦੇਖ ਕੇ ਆਖਰੀ ਜੁਮਲਾ ਖਤਮ ਵੀ ਅਗਰ ਇਹਨਾਂ ਦੁਆ ਫਿਰਾ ਦੌੜ ਪੈਣ ਹਸਨ ਅਮੀਰ ਦਰਵਾਜ਼ੇ ਤੇ ਹੱਥ ਰੱਖੇ ਫਿਜ਼ਾ ਦੀ ਆਵਾਜ਼ ਪਈ ਆਉਂਦੇ ਖਾਣਾ ਲੈ ਆਵਾਂ ਹਸਨ ਦੀ ਆਵਾਜ਼ ਆਉਂਦੀ ਅੰਮਾ ਖਾਣਾ ਨਹੀਂ ਸਾਡੀ ਮਾਂ ਮਰ ਗਈ ਹੈ ਮੇਰੀ ਔਕਾਤ ਨਹੀਂ ਜੋ ਮੈਂ ਸੈਣ ਦਾ ਹੁਸਨ ਬੜਾ ਇੱਥੇ ਇੱਕ ਇਸ਼ਾਰਾ ਪਿਆ ਕਰੇ ਨਾ ਔਖੇ ਤੇ ਭਾਵੇਂ ਸੌਖੇ ਹੁਸਨ ਸ਼ੁਰੂ ਹੋਇਆ ਕੁਝ ਦੇਰ ਤੋਂ ਬਾਅਦ ਫਿਜ਼ਾ ਪਿਟੇਂਦੀ ਆਈ ਬਹਿਰਾਈ ਹੈ ਦੇਖਿਆ ਦੇ ਯਾਨੀ ਮਈਆ ਦੀ ਕੋਈ ਝਾਕ ਖੁਸ਼ ਕਰੇ ਅਲੀ ਦੀ ਆਵਾਜ਼ ਪਈ ਆਉਂਦੀ ਹੈ ਨਹੀਂ ਫਿਜ਼ਾ ਪਾਣੀ ਜ਼ਰੂਰ ਪਾਉਣਾ ਰੋ ਰੋ ਕੇ ਪਈ ਆਉਂਦੀ ਹੈ ਤਰੇ ਦਫ਼ਾ ਕੋਸ਼ਿਸ਼ ਕੀਤੀ ਹੈ ਪਾਸੇ ਤੂੰ ਹੱਥ ਨਹੀਂ ਜਾਂਦੀ ਅਲੀ ਦੀ ਆਵਾਜ਼ ਪਈ ਆਉਂਦੀ ਹੈ ਫਿਜ਼ਾ ਮੈਂ ਪਰਦੇ ਦੇ ਨੇੜੇ ਆਵਾਂ ਨਾ ਤੁਹਾਡਾ ਕੋਈ ਪੱਥਰ ਦਾ ਦਿਲ ਤਾਂ ਨਹੀਂ ਮੈਂ ਪਰਦੇ ਦੇ ਨੇੜੇ ਆਵਾਂ ਨਾ ਮੈਂ ਪਰਦੇ ਦੇ ਅੰਦਰੋਂ ਹੱਥ ਲੰਬਾ ਕਰੇ ਨਾ ਸੈਯਦਾ ਦੇ ਹੱਥ ਮੇਰਾ ਹੱਥ ਰੱਖ ਓ ਮਾਤਮਿਓ ਮੁਸ਼ਤੇ ਸ਼ਹਾਦਤ ਨਾਲ ਖੈਬਰ ਦਾ ਦਰ ਉਡਾਵਣ ਵਾਲੇ ਅਲੀ ਚਾਰ ਦਫ਼ਾ ਕੋਸ਼ਿਸ਼ ਕੀਤੀ ਹੈ ਮੇਰੀ ਸੈਣ ਦਾ ਹੱਥ ਨਹੀਂ ਉੱਠਾ ਕਿਉਂ ਅਲੀ ਜ਼ੋਰ ਲਾਵਿਆ ਮੇਰੀ ਸੈਣ ਦਾ ਮਈਆ ਥਲ ਵੰਜਿਆ ਹੌਲੇ ਹੌਲੇ ਆਵਾਜ਼ ਆਵਿਆ ਕੁਝ ਨਾ ਹਜ਼ਾਰ ਬਿਸਮਿਲ੍ਲਾ ਕਰਾਂ ਮੇਰੀ ਉਮੀਦ ਤੋਂ ਜ਼ਿਆਦਾ ਰੋ ਬੈਠੇ ਆਖਰੀ ਜੁਮਲਾ ਖਤਮ ਵੀ ਆ ਕਰੇ ਨਾ ਸਜੇ ਪਾਵੇ ਨਾਲ ਹਸਨ ਅਮੀਰ ਖੱਬੇ ਪਾਵੇ ਨਾਲ ਅਲੀ ਦੀ ਬੇ ਔਲਾਦ ਦੀ ਨਾ ਜ਼ੈਨਬ ਨਜ਼ਰ ਆਉਂਦੀ ਹੈ ਤੇ ਨਾ ਹੁਸੈਨ ਨਜ਼ਰ ਆਉਂਦਾ ਅਲੀ ਦੀ ਆਵਾਜ਼ ਪਈ ਆਉਂਦੀ ਹੈ ਫਿਜ਼ਾ ਮੇਰੀ ਆਲੀਆ ਕਿਨ ਗਈ ਹੈ ਫਿਜ਼ਾ ਦੀ ਆਵਾਜ਼ ਆਉਂਦੀ ਹੈ ਯਾ ਅਲੀ ਤਰੇ ਦਫ਼ਾ ਮੇਰੇ ਕੋਲ ਆਈਏ ਮੈਂ ਕਵਾ ਦੀਏ ਬਾਬੇ ਨੂੰ ਆਗ ਬਹਿਦ ਮੰਜੇ ਮੈਂ ਮਾਂ ਦੇ ਮਈਆ ਤੇ ਵਾਲ ਖੁਲੇਂਦੀਆਂ ਉਹ ਸ਼ੀਓ ਆਧੇ ਕਿਉਂ ਨਾ ਜਿਹੜੀ ਪਿਓ ਦੇ ਸਾਹਮਣੇ ਵਾਲ ਨਹੀਂ ਖੁਲੇਂਦੀ ਅੱਲਾ ਜਾਣੇ ਕੀ ਉਹ ਜੀਆਂ ਟੈਮ ਆ ਜਦਾ ਸਵਾ ਲੱਖ ਬਦਮਾਸ਼ਾ ਔਰ ਮੋੜ ਦੇ ਆਦੀ ਆਈ ਚਾਦਰ ਰੇ ਹੋ ਮੈਂ ਗਾਲੀ ਦੀ ਭੇੜਾ ਹਜ਼ਾਰ ਆਖਰੀ ਜੁਮਲਾ ਆਖਰੀ ਜੁਮਲਾ ਤੁਹਾਡੀ ਮੁਹੱਬਤ ਕੋ ਦੇਖ ਕੇ ਖਤਮ ਵੀ ਆ ਕਰੇ ਨਾ ਸਤਾਰਾਂ ਕਦਮ ਦੂਰ ਤੁਹਾਡਾ ਪੱਥਰ ਦਾ ਦਿਲ ਤਾਂ ਨਹੀਂ ਸਤਾਰਾਂ ਕਦਮ ਦੂਰ ਹੁਸੈਨ ਰੋਂਦਾ ਖੜੇ
अली दी आवाज बजांदे हुसैन ते नहीं आउणा, हुसैन दी आवाज बजांदे बाबा ए फखरे मरियम ए, मैं फखरे ईसा हां, मां सडाया ता पुतराया, इक आंख सज मारे ओ मातम अनवे दिया दुबार हाथ उठे, होले होले आवाज बजांदे लख लख दफा सदा, मम्मा मां करेंदा हुसैन मां दे जनाजे ते ठह पिए, चार बहन की जस पहला बहन मां तेरा गरीब पुतरा, दूजा बहन मां तेरा तसा पुतरा, तीजा बहन मां तेरा मुसाफिर पुतरा, चौथा बहन मां तेरा ओ पुतरा जदी लाश ते घोड़े भजने न, ओ मातमी हो जा, चौथा बहन पूरा विदाई होया, जबरील अली दा मुंडा हिलाए, जबरील दी आवाज बजांदी यारी अल्लाह पिया थई मेरे मलाइका इबादत छोड़ दिती है, जितना जल्दी ओ संगदई हुसैन नु मात मैया तुझ जा कर, ओ मात मैया इक बाजू अली न पा दूजा जबरील न पा, ओ शियो आधे क्यों ना हुसैन मुबारक होवे, मैया तो मां दा भी हटावण वाला बाबा हावे, सागो दा सकीना दार मान है, ओ मैया तेरा हटावण वाला शिमरा जेड़ी हजार बिस्मिल्लाह करा, हुसैन दी आवाज बजांदी अम्मा उधार लहे सां, ताकू समझ ही नहीं आई उधार लहे सां, बोलो मेरे नाल उधार लथा या कोई ना, ए कमीना दे दहमी दीदी गर्म लाशाई चलो का बैठा है, अचानक मेरी निगाह पई है जो अर्श जो नूर दी हमारी लथी है, पहले नंबर ते नबी आए जे ताज रहा है, दूजे नंबर ते अली आए जे मुंह ते मातम कीते, त्रीजे नंबर ते हसन आए, चौथे नंबर ते एक बीबी है जेड़ी चंद कदम दूर रोंदी खड़ी है, अली दी आवाज बजांदी ज़हरा ते नहीं आउणा, बीबी दी आवाज बजांदी या अली कुआक पहले मां दा उधार देवे, ओ शियो बगैर सर ते लाश उठिए, इस तरीके नाल दुहे भाई मां दा वधाईयां रो रो याद है ते कफन विच मैं को सजया अम्मा पे कफन सजे दैया वाजा जंगल को चमा अल्लाह 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 है पा मजा ले।